ਅੱਖਾਂ ਸਦਾਣਾ ਗਦਾਰ ਆ ਦੀਪ ਸਿੱਧੂ ਗਦਾਰ ਆ ਅਸੀਂ ਜਥੇਬੰਦੀਆਂ ਨਾਲ ਆ ਕੱਲ ਵੀ ਨਾਲ ਸੀ ਅੱਜ ਵੀ ਨਾਲ ਕੱਲ ਵੀ ਨਾਲ ਰਵਾਂਗੇ ਜੇ ਇਹ ਗੱਲਾਂ ਕਰਨ ਵਾਲੇ ਗਦਾਰ ਹੁੰਦੇ ਆ ਤੇ ਹੱਥ ਖੜਾ ਕੇ ਦੱਸੋ ਕੌਣ ਕੌਣ ਗਦਾਰ ਬਣਨਾ ਚਾਹੁੰਦਾ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਨੌਜਵਾਨ ਵੀਰੋ ਮੇਰੀਓ ਭੈਣੋ ਤੇ ਮਤਾਓ ਸਭ ਤੋਂ ਪਹਿਲਾਂ ਫਤਿਹ ਬੁਲਾਉਣੀ ਹੈ ਔਰ ਪੂਰੇ ਜੋਸ਼ ਨਾਲ ਬੁਲਾਉਣੀ ਹੈ ਜਿੰਨੇ ਜੋਸ਼ ਨਾਲ ਇਕੱਠ ਹੋਇਆ ਉਹਨੇ ਜੋਸ਼ ਨਾਲ ਫਤਿਹ ਬੁਲਾਉਣੀ ਹੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਤਿੰਨ ਮਿੰਟ ਦਾ ਟਾਈਮ ਮਿਲਿਆ ਤੇ ਪੌਣੇ ਤਿੰਨ ਮਿੰਟ ਲਾਉਣੇ ਆ ਕਿਉਂਕਿ ਪੰਜਾਬ ਪੁਲਿਸ ਹਮੇਸ਼ਾ ਟਾਈਮ ਦੀ ਪਾਬੰਦ ਹੁੰਦੀ ਤੁਹਾਨੂੰ ਪਤਾ ਹੀ ਆ ਹੱਸਿਓ ਨਾ ਸੋ ਦੋਸਤੋ ਆਪਾਂ ਅੱਜ ਇਕੱਠੇ ਹੋਏ ਆ ਕਿਸੇ ਜਥੇਬੰਦੀ ਦੇ ਖਿਲਾਫ ਨਹੀਂ ਅਸੀਂ ਜਥੇਬੰਦੀਆਂ ਨਾਲ ਆ ਕੱਲ ਵੀ ਨਾਲ ਸੀ ਅੱਜ ਵੀ ਨਾਲ ਕੱਲ ਵੀ ਨਾਲ ਰਵਾਂਗੇ ਹਾਂ ਇੱਕ ਗੱਲ ਕਰਨੀ ਹੈ ਬਾਅਦ ਤੁਹਾਡੇ ਤੋਂ ਜਵਾਬ ਲੈਣਾ ਉਸ ਚੀਜ਼ ਦਾ ਲੱਖਾ ਸਦਾਣਾ ਗਦਾਰ ਆ ਦੀਪ ਸਿੱਧੂ ਗਦਾਰ ਆ ਕਿਉਂ ਗਦਾਰ ਆ ਮੈਂ ਦੱਸਦਾ ਕਿਉਂ ਗਦਾਰ ਆ ਕਿਉਂਕਿ ਲੱਖਾ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਲੱਖਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਲੱਖਾ ਪੰਜਾਬ ਦੇ ਵਜੂਦ ਦੀ ਗੱਲ ਕਰਦਾ ਲੱਖਾ ਪੰਜਾਬ ਦੀ ਹੋਣ ਦੀ ਗੱਲ ਕਰਦਾ ਜੇ ਇਹ ਗੱਲਾਂ ਕਰਨ ਵਾਲੇ ਗਦਾਰ ਹੁੰਦੇ ਆ ਤੇ ਹੱਥ ਖੜਾ ਕੇ ਦੱਸੋ ਕੌਣ ਕੌਣ ਗਦਾਰ ਬਣਨਾ ਚਾਹੁੰਦਾ ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਮੇਰਾ ਟਾਈਮ ਖਤਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਮੱਸਿਆ ਭਾਵੇਂ ਕੋਈ ਵੀ ਹੋਵੇ ਇਧਰ ਉਧਰ ਨਾ ਘੁੰਮੋ ਕਿਉਂਕਿ ਗੁਰੂ ਅਜਮੇਰੀ ਬਾਬਾ ਜੀ ਲੁਧਿਆਣੇ ਵਾਲੇ ਕਰਨਗੇ ਤੁਹਾਡੀ ਹਰ ਸਮੱਸਿਆ ਦਾ ਹੱਲ ਤੁਸੀਂ ਰੋਂਦੇ ਹੋਏ ਆਓਗੇ ਤੇ ਹੱਸਦੇ ਹੋਏ ਜਾਓਗੇ ਪਰੇਸ਼ਾਨੀ ਭਾਵੇਂ ਕਿੱਡੀ ਵੀ ਹੋਵੇ ਜਿਵੇਂ ਸੌਂਕਣ ਦੁਸ਼ਮਣ ਤੋਂ ਛੁਟਕਾਰਾ ਪਤੀ ਪਤਨੀ ਵਿਚ ਅਣਬਣ ਔਲਾਦ ਦਾ ਕਹਿਣ ਤੋਂ ਬਾਹਰ ਹੋਣਾ ਵਸ਼ੀਕਰਨ ਪ੍ਰੇਮ ਵਿਆਹ ਜਾਂ ਫਿਰ ਰੁੱਸੇ ਨੂੰ ਮਨਾਉਣਾ ਘਰ ਵਿੱਚ ਖੂਨ ਦੇ ਛਿੱਟੇ ਆਉਣਾ ਅਤੇ ਜਾਦੂ ਟੂਣੇ ਤੋਂ ਇਲਾਵਾ ਕਾਰੋਬਾਰ ਵਿੱਚ ਆ ਰਹੀਆਂ ਪਰੇਸ਼ਾਨੀਆਂ ਜਾਂ ਫਿਰ ਘਰੇਲੂ ਝਗੜੇ ਵਰਗੀਆਂ A to Z ਸਮੱਸਿਆਵਾਂ ਦਾ ਹੱਲ ਤੁਰੰਤ ਕੀਤਾ ਜਾਂਦਾ ਹੈ ਬਾਬਾ ਜੀ ਕਹਿੰਦੇ ਨੇ ਕਰਕੇ ਦਿਖਾਉਂਦੇ ਹਨ ਇੱਕ ਫੋਨ ਕਾਲ ਤੁਹਾਡੀ ਬਦਲ ਸਕਦਾ ਹੈ ਜ਼ਿੰਦਗੀ ਫਿਰ ਦੇਰ ਕਿਉਂ ਹੁਣੇ ਕਾਲ ਕਰੋ 98154460154